ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। Hello everyone, the question is find the square roots of the following numbers by the prime factorization method. 729 तो 729 square root find out करना है prime factor method use करके, ठीक है। तो आज से हम अपना question लिख लूंगे 729, ठीक है। इधर factors बनाऊंगे, ये 2 ना, ठीक है, तो उसको बटा लूंगे 3, ठीक है। 3 ना divide करके किया जोगा 243, ठीक है। हम 243 नू असी divide करूंगे फिर तो 3 ना आजूगा 81, ठीक है। 81 में से फिर 3 ना डिवाइड करूंगे, आजूगा 27, ठीक है। 27 में से फिर 3 ना डिवाइड करूंगे, आजूगा 9, 9 में फिर 3 ना डिवाइड करूंगे, आजूगा 3, तो 3 ना डिवाइड करूंगे 3 ना आता कि आजूगा 1, ठीक है। तो साढ़े 729 के फैक्टर्स की बने ने, 729 के फैक्टर्स की बने ने 3 मल्टीप्लाई 3 मल्टीप्लाई 3 मल्टीप्लाई 3 मल्टीप्लाई 3 मल्टीप्लाई 3, ठीक है। ਤਾਂ ਹੁਣ ਪ੍ਰਾਈਮ ਫੈਕਟਰ ਚ ਆਪਾਂ ਕੀ ਕਰਦੇ ਆ ਕਿ ਸਾਨੂੰ ਜਦੋਂ ਸਕੁਆਇਰ ਰੂਟ ਕੱਢਣਾ ਤਾਂ ਅਸੀਂ ਪੇਅਰਸ ਬਣਾ ਲੈਂਦੇ ਆ ਕਿ ਇੱਕ ਪੇਅਰ ਬਣ ਗਿਆ, ਦੋ ਪੇਅਰ ਬਣ ਗਏ, ਤਿੰਨ ਪੇਅਰ ਬਣ ਗਏ, ਠੀਕ ਹੈ। ਤੇ ਪੇਅਰ ਜਦੋਂ ਬਣ ਜੂਗੇ ਤਾਂ ਉਹਦੇ ਮਤਲਬ ਦੋ ਜਿਹੜਾ ਪੇਅਰ ਬਣੂਗਾ ਉਹਦੇ ਵਿੱਚੋਂ ਇੱਕ ਕੱਢੂਗੇ ਤਾਂ ਸਾਡਾ ਸਕੁਆਇਰ ਰੂਟ ਆ ਜਾਊਗਾ, ਯਾਨੀ ਕਿ ਸਕੁਆਇਰ ਰੂਟ ਆਫ 729 ਕੀ ਹੋ ਜਾਏਗਾ, 3 ਮਲਟੀਪਲਾਈ 3 ਮਲਟੀਪਲਾਈ 3, ਠੀਕ ਹੈ। ਇਹ ਆ ਜਾਏਗੀ ਵੈਲਿਊ ਸਾਡੀ 27, ਠੀਕ ਹੈ। ਇਹ ਕੀ ਹੈ, 729 ਦਾ ਸਕੁਆਇਰ ਰੂਟ ਹੈ, ਇਹੀ ਸਾਨੂੰ ਫਾਈਂਡ ਆਊਟ ਕਰਨਾ ਸੀ, ਇਹ ਸਾਡਾ ਆਨਸਰ ਹੈ। ਥੈਂਕ ਯੂ।